मैनू पता होंदा कि तैन मारन नाल तू घरों निकल जाना, मैं तैन मरेंदी भी ना। वे फाय लगे आवे कि वे मैं पिछले उम्र कि धक्के खा सा वे और आटे आवे वे तेरे आंदिया तो मैं एक अद्धी रोटी खा लेंदिया सू। वे ज्यादा दा तू गया वे मैं चार चार रोटियां खावनियां पंदियां फिर मैं आटे आ जाना। अच्छा यार मैनू दस ये गल हो भी चौथा दे ए सवानी हाल यार गती हुई है जब ये दसे पता तो करिए भाई खैर ती है केड़ी वजह तो चार दिन हो गए इस हाल यार गती हुई और बाजा पता कर रहे ने चलाओ ਜਾਂਦੇ ਜੋ ਪਿਆ ਪਤਾ ਲੱਗ ਜਾਂਦਾ ਔਰ ਕੀ ਰੋਲਾ ਇੰਨੇ ਗਵਾੜਿਆ ਤੂੰ ਮੈਨੂੰ ਜਾੜ ਕੇ ਵਗ ਗਿਆ ਵੇ ਮੈਨੂੰ ਪਤਾ ਹੋ ਰਿਹਾ ਤੇ ਮੈਂ ਤੈਨੂੰ ਕਦੀ ਵੀ ਨਾ ਮਾਰਾਂ ਹਾਂ ਵੇ ਮੈਂ ਤੇਰੇ ਤੇ ਅੱਜ ਕਦੀ ਵੀ ਨਾ ਚਾਹਾਂ ਮੈਂ ਮੇਰੇ ਕੀ ਬਣਿਆ ਏ ਕੀ ਹੋਇਆ ਈ ਬਾਜੀ ਮੇਰੀ ਭੈਣ ਹੁਣੇ ਦੱਸੋ ਵੀ ਤੈਨੂੰ ਬਣਿਆ ਕੀ ਏ ਚਾਰ ਦਿਨ ਹੋ ਗਏ ਤੇਰੀ ਹਾਲ ਹਾਲ ਤੇ ਸੇਡ ਤੇ ਬਾਹੇ ਓ ਕੁਛ ਨਾ ਪੁੱਛ ਮੇਰੀ ਭੈਣ ਨੀ ਮੈਂ ਆਪਦੇ ਬੰਦੇ ਨੂੰ ਮਾਰ ਬੈਠੀ ਆ ਸੋ ਘਰ ਛੱਡ ਕੇ ਵਗ ਗਿਆ ਓਏ ਤੇ ਇਹਦਾ ਕੰਮ ਹੀ ਕੋਈ ਕੋਈ ਦੱਸ ਕਿੰਨੀ ਵਾਰੀ ਮਾਰੇ ਓ ਕੁਛ ਨਾ ਪੁੱਛ ਮੈਂ ਤਾਂ ਜਦੋਂ ਦੀ ਸ਼ਾਦੀ ਹੋਈ ਮੈਂ ਇੱਕ ਵਾਰੀ ਮਾਰਿਆ ਉਹਨੂੰ ਜੋ ਘਰ ਛੱਡ ਕੇ ਆਈ ਹਾਂ ਮੈਨੂੰ 18 ਸਾਲ ਹੋ ਗਏ ਇਹਦੇ ਨਾਲ ਪਰ ਇਹ ਤਾਂ ਨੇਤ ਵੀ ਤਛਦੀ ਏ ਮੈਂ ਇਸਲਾ ਜਿਹੜਾ ਬਰਦਾਸ਼ਤ ਕੀਤੀ ਬਸ ਆਪਣੀਆਂ ਗੱਲਾਂ ਕਰਨ ਆਏ ਆ ਉਹਦੇ ਕੋਲ ਪੁੱਛਣ ਆਏ ਆ ਚਲੋ ਹੁਣ ਤੂੰ ਹੀ ਪੁੱਛ ਲੈ ਜ਼ਰੂਰ ਮੈਂ ਹੀ ਪੁੱਛਣਾ ਹੈ ਅੱਛਾ ਇਹ ਦੱਸੋ ਵੀ ਉਹਨੂੰ ਮਾਰਿਆ ਕਿਉਂ ਆਈ ਆ ਹਾਂਜੀ ਮੇਰੀ ਭੈਣ ਕੀ ਪੁੱਛਦੀ ਐ ਮੈਂ ਉਹਨੂੰ ਇੰਜ ਮਾਰਿਆ ਵੀ ਚਾਰ ਦਿਨ ਪਹਿਲੇ ਅਸੀਂ ਮੀਆਂ ਬੀਵੀ ਬੈਠੇ ਐ ਸੇ ਇਕੱਠੇ ਤੇ ਮੈਂ ਮਜ਼ਾਕ ਮਜ਼ਾਕ ਚ ਉਹਨੂੰ ਪੁੱਛ ਬੈਠੀ ਬਈ ਮੈਨੂੰ ਇਹ ਦੱਸ ਕੇ ਅਸੀਂ ਰੰਨਾ ਨਾ ਹੋ ਵੀਆ ਮੇਰੀ ਜਾਨ ਤੁਸੀਂ ਮਰਦ ਕਿਤੇ ਜਾਓ ਹਾਂ ਉਸ ਆਖੇ ਅਸੀਂ ਸਿੱਧਾ ਜੰਨਤ ਤੇ ਜਾ ਵੀਆ ਮੈਨੂੰ ਉਥੂ ਚੜੀ ਕਾਵੜ ਮੈਂ ਉਹਨੂੰ ਫਾਦ ਕੇ ਪਿੰਜ ਛੱਡਿਆ ਸੱਚਾਈ ਆ ਮੋੜ ਤੈਨੂੰ ਵੀ ਗੱਲਾਂ ਮੋੜ ਮੈਂ ਜੰਨਤ ਨਹੀਂ ਇਹ ਗੱਲਾਂ ਵੀ ਕੱਢੋ ਬਾਜਿਆ ਹੋਣੇ ਦੀ ਕੋਈ ਸੂਨ ਲਵੀ ਉਹਦੇ ਅਖਬਾਰ ਵਾਲੇ ਕੋਲ ਚਲੀ ਜਾਂਦੀ ਕੋਈ ਸੋਧ ਕੱਢੀਏ ਤੇਰਾ ਬਾਜਿਆ ਤੈਨ ਅਖਬਾਰ ਵਾਲੇ ਦਫ਼ਤਰ ਵਿੱਚ ਲੈ ਜਾਂਦੇ ਉੱਥੇ ਤੇਰੇ ਸਾਈਂ ਸੋਧ ਕਾਈ ਕੱਢੀਏ ਲੱਭ ਜਾਸੀ ਬਾਈ ਲਾਜ਼ਮੀ ਲੱਭਣਾ ਮੁੜ ਕਿੱਧਰ ਜਾਣਾ ਉਸ ਕੱਜਾ ਦੇ ਬਾਈ ਅੱਲਾਹ ਹਾਂਜੀ ਭਾਈ ਜਾਨ ਜੀ ਉਹਦੇ ਤਾਂ ਨੁਮਾਇੰਦਾ ਗੱਲ ਕਰਦਾ ਪਿਆ ਹਾਂ ਹਾਂ ਕਦੋਂ ਹਲਾ ਥਾਣੇ ਰਿਪੋਰਟ ਲਿਖਾਈ ਹੈ ਹਲਾ ਇਹ ਕਰੋ ਭਾਈ ਉਹ ਵਟਸਐਪ ਜਾਂ ਮੇਰਾ ਕਾਰ ਚ ਮੈਂ ਰਿਪੋਰਟ ਲਵਾ ਲਈ ਨਾ ਹੁਣੇ ਕਰ ਠੀਕ ਹੈ ਵਾਲੇਕਮ ਅਸਲਾਮ ਜੀ ਭਾਈ ਜਾਨ ਕੀ ਖਿਦਮਤ ਕਰ ਸਕਦੇ ਆ ਤੁਹਾਡੀ ਭਾਈ ਜੀ ਕੰਮ ਤੈਗ ਇਹ ਵਿਆਹ ਜਈ ਮਾਈ ਇਹ ਇਹਦਾ ਸ਼ੋਰ ਗਮ ਹੋ ਗਿਆ ਅੱਛਾ ਵੀ ਉਸ ਦਾ ਐਡ ਦੇਣਾ ਵੇ ਹੁਣ ਜੀ ਤੁਸੀਂ ਦੱਸੋ ਮੁਤਰਮਾ ਜੀ ਉਹਦੇ ਕੋਈ ਹੁਲੀਆ ਸ਼ਕਲ ਕੋਈ ਯਾਦ ਹੈ ਹਾਂ ਲਿਖੋ ਮੈਂ ਦੱਸੇਂਗੀ ਇੱਕ ਮਿੰਟ ਜੀ ਇੱਕ ਮਿੰਟ ਆ ਸਾਨੂੰ ਜੇ ਦੇਣੀ ਬੰਦੀ ਇਹਨੇ ਜੀ ਅਫਸਰ ਅੱਛਾ ਮੈਂ ਮੇਰੀ ਲਿਖਾ ਜੋ ਤੇ ਨੈਣ ਨਾਲ ਸਮਾਂਦਰਾ ਕਿਵੇਂ ਆ ਉਹ ਇੰਜ ਦਾ ਹਾਈ ਨਾ ਕਿ ਇੱਕ ਮਿੰਟ ਆ ਮੈਂ ਹੀ ਸੁਣ ਲਵਾਂ हेलो जी 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 ओते इधर नुमाइंदा पे गल करे ना कुत्ता जी कुत्ता खली गया हला हला हुलिया भाई दसे आ हुंदा लम्मे दांदो काले रंग दा हन हला किटे कादा है हला हला अच्छा 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 ओ देखी किवें आन पैर हाँ अच्छा अच्छा पूछो हाँ उबड़ता उबड़ता तो नहीं हला और इक्के बारी मुकाला अच्छा हाँ दमी लाभ जैसे खैर लेख छड़ता भाई जान वे फोटो ही ते इन्होंने रिमाइंडर सुनते यार से लेख छड़ता ओके हाँ मेरी बहन ਉਹ ਕੋਵਰ ਦਾ ਗੁਰਦਾ ਤਰਾ ਵਾਟ ਦ ਫੱਕ ਆ ਰਿਹਾ ਫੋਨ ਆ ਨਾ ਮਾਂ ਤੋਂ ਕਰੇ ਨਹੀਂ ਅੱਛਾ ਜੀ ਹੁਣ ਦੱਸੋ ਉਹਦੇ ਕੋਈ ਨਕਸ਼ ਨੈਣ ਕੋਈ ਮਹਿੰਦਰਾ ਸ਼ੰਦਰੋ ਕੀ ਥੜੇ ਦੇ ਹੋ ਉੱਚਾ ਲੰਮਾ ਉਹਦਾ ਕੱਦ ਉੱਚਾ ਤੇ ਲੰਮਾ ਕੱਦ ਚਿੱਟਾ ਤੇ ਗੋਰਾ ਚਿੱਟਾ ਤੇ ਗੋਰਾ ਮੈਂ ਨਾ ਕਸ਼ੋ ਦੇ ਇਤਨੇ ਕੋ ਖੂਬਸੂਰਤ ਕਿ ਦੁਨੀਆ ਵੇਦੀ ਆਈ ਅੱਛਾ ਹੋ ਗਿਆ ਉੱਚਾ ਲੰਮਾ ਕੱਦ ਹੋ ਗਿਆ ਗੋਰਾ ਤੇ ਚਿੱਟਾ ਹੋ ਗਿਆ ਹੋਰ ਲੱਕੋ ਦਾ ਇੰਜ ਆਈ ਨਾ ਜਿਵੇਂ ਤੇਜ਼ ਤਲਵਾਰ ਹੁੰਦੀ ਰਾਸਤੇ ਗਾਲੀ ਕੀ ਜਾਂਦਾ ਹੈ ਨੱਕ
ਤਲਵਾਰ ਨੂੰ ਪਿਆਂਦੀ ਕੋ ਨਾਕ ਕੇ ਜਾਈ ਤਲਵਾਰ ਸਿੱਧਾ ਸੋਹਣਾ ਨਾਕੋ ਦਾ ਪਤਲਾ ਹੈ ਲੰਮਾ ਹੈ ਨਾਕੋ ਦਾ ਅੱਲਾ ਅੱਲਾ ਪਲਾਸ ਕਰਦਾ ਨਹੀਂ ਠੀਕ ਹੋ ਗਿਆ ਨਾਕ ਠੀਕ ਹਾਂ ਨਹੀਂ ਪਾਲੀ ਕਿੱਡੇ ਕੂੜ ਮਰੇਗੀ ਤੇਰਾ ਬਾਹਰ ਆਲਾ ਤਾਂ ਮੈਂ ਵੇਖਿਓ ਹੈ ਪਿੰਨਾ ਕਾਲਾ ਰੰਗ ਮਦਰੇ ਕਾਦਾ ਕਿਸੇ ਕੰਮ ਦਾ ਵੀ ਨਹੀਂ ਤੇਰਾ ਬਾਹਰ ਆਲਾ ਤੇ ਇੱਥੇ ਤੂੰ ਕੋ ਜ਼ੋਰ ਦਸਤੀ ਪਈ ਅਗਲੇ ਨੂੰ ਤਾਂ ਮਾਰ ਗੋਲੀ ਉਹ ਤਾਂ ਸੂਰ ਲੱਥਾ ਮਗਰੂ ਤੇ ਜਿਹੜਾ ਹੁਣ ਲੱਭਣਾ ਆ ਉਹ ਤਾਂ ਮੈਨੂੰ ਕੋ ਵੱਲ ਲੱਭ ਲਵਾ